Siyaga natin sa ਕਾਂਗਰਸ ਦਾ ਬਹੁਤ ਵੱਡਾ ਸਾਡਾ ਇੱਥੋਂ ਆਸ਼ੀਰਵਾਦ ਮਿਲਦਾ ਹਮੇਸ਼ਾ। ਸੋ ਐਤਕੀ ਵੀ ਇੱਥੇ ਲੋਕਾਂ ਨੇ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਮੈਂ ਉਹਨਾਂ ਦਾ ਧੰਨਵਾਦ ਕਰਨਾ ਹੈ। ਕੋਈ ਸ਼ੱਕ ਨਹੀਂ ਕਿ ਵੋਟਾਂ ਸਾਡੀਆਂ ਇੱਥੋਂ ਖੱਟੀਆਂ ਨੇ, ਪਰ ਲੋਕ ਸਭਾ ਹਲਕਾ ਸੀ ਜਿੱਤੀ। ਇਹ ਲੋਕ ਸਭਾ ਹਲਕੇ ਦਾ ਇੱਕ ਪਿੰਡ ਹੈ ਔਰ ਭਗਵੰਤ ਪਾਲ ਸਿੰਘ ਸੱਚੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਨੇ, ਅੱਜ ਕੱਲ੍ਹ ਇਹ ਸਾਰਾ ਇੱਥੇ ਦੇਖ ਰੇਖ ਕਰਦੇ ਨੇ ਔਰ ਸਾਰੇ ਦੁੱਖ ਸੁੱਖ 'ਚ ਹਾਜ਼ਰ ਹੁੰਦੇ ਨੇ। ਇਹਨਾਂ ਵੱਲੋਂ ਅੱਜ ਪ੍ਰੋਗਰਾਮ ਧੰਨਵਾਦ ਦਾ ਰੱਖਿਆ ਗਿਆ ਸੀ। ਸਰਦਾਰ ਸੁਰਿੰਦਰ ਸਿੰਘ ਜੀ ਕਥੋਂ ਨਗਰ ਜਿਹੜੇ ਸਾਬਕਾ ਵਿਧਾਇਕ ਨੇ, ਉਹਨਾਂ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਸੋ ਅਸੀਂ ਬੜਾ ਨਜ਼ਦੀਕ ਉਹ ਕਿੱਥੇ ਇਲੈਕਸ਼ਨ ਲੜੀ ਹੈ, ਸੋ ਅਸੀਂ ਉਹਦਾ ਇੱਥੇ ਜਿੱਤ ਦਾ ਇਹਦਾ ਧੰਨਵਾਦ ਕੀਤਾ ਇਹਨਾਂ ਸਾਰਿਆਂ ਦਾ। ਇਹਨਾਂ ਨੇ ਤਪਦੀ ਤਪਸ਼ ਦੇ ਵਿੱਚ ਇਹਨਾਂ ਨੇ ਆਪਣੀ ਕੋਸ਼ਿਸ਼ ਕਰਕੇ ਜਿਹੜੀ ਮੇਰੀ ਵੋਟ ਲੋਕ ਸਭਾ ਦੀ ਉਹਦੇ 'ਚ ਇਹਨਾਂ ਨੇ ਆਪਣਾ ਹਿੱਸਾ ਮਜੀਠੇ ਵਾਲੇ ਨੇ ਪਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਟ ਕੇ ਇੱਥੇ ਕਾਂਗਰਸ ਜਿਹੜੀ ਉਹ ਖੜੀ ਕਰਾਂਗੇ, ਪਿੰਡ ਪਿੰਡ ਦੇ ਵਿੱਚ ਜਿਹੜੀ ਕੋਈ ਮੁਸ਼ਕਲਾਂ ਰਹਿ ਗਈ ਉਹਨੂੰ ਠੀਕ ਕਰਾਂਗੇ। ਔਜਲਾ ਸਾਹਿਬ, ਅਕਸਰ ਹੀ ਜਿੰਨੇ ਵੀ ਲੋਕ ਨੇ ਜਿੱਤ ਕੇ ਆਪਣੇ ਆਪਣੇ ਘਰਾਂ 'ਚ ਬੈਠ ਜਾਂਦੇ ਨੇ, ਤੁਸੀਂ ਵਾਹਿਦ ਲੀਡਰ ਨਜ਼ਰ ਆ ਰਹੇ ਹੋ ਕਿ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਧੰਨਵਾਦ ਕੀਤਾ ਜਾ ਰਿਹਾ ਖਾਸ ਤੌਰ 'ਤੇ ਤੁਹਾਡਾ, ਇਹ ਦਿਮਾਗ 'ਚ ਕਿਸ ਤਰ੍ਹਾਂ ਪਲਾਨ ਆਊਟ ਹੋਇਆ ਔਰ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਇਹ ਜ਼ਰੂਰਤ ਸੀ? ਦੇਖੋ, ਇਹ ਤੀਜੀ ਵਾਰ ਲੋਕਾਂ ਨੇ ਤਦ ਹੀ ਬਣਾਇਆ ਕਿਉਂਕਿ ਜੇ ਲੋਕਾਂ 'ਚ ਰਹਾਂਗੇ ਲੋਕ ਰੱਖਣਗੇ, ਇੱਧਰ ਲੋਕ ਬਦਲ ਦਿੰਦੇ ਨੇ। ਹੁਣ ਲੋਕ ਸਭਾ ਹਲਕਾ ਤੁਸੀਂ ਵੇਖੋ ਨਾ ਕਿੱਡਾ ਵੱਡਾ ਹੁੰਦਾ ਔਰ ਤਿੰਨ ਵਾਰੀ ਲੋਕਾਂ ਵੱਲੋਂ ਚੁਣਨਾ, ਇਹਦਾ ਮਤਲਬ ਲੋਕ ਸਾਡੇ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਉਸ ਤੋਂ ਵੱਧ ਕਰੋ। ਅਸੀਂ ਆਪਣੇ ਕੰਮਾਂ ਨੂੰ ਅੱਗੇ ਵਧਾਇਆ ਸੀ, ਕੋਈ ਨਵੀਂ ਚੀਜ਼ ਨਹੀਂ ਕੀਤੀ, ਪਹਿਲਾਂ ਵੀ ਅਸੀਂ ਇੱਦਾਂ ਸਾਂ, ਹੁਣ ਵੀ ਉਸੇ ਤਰੀਕੇ ਨਾਲ ਹੀ ਹਾਂ। ਸਾਰਾ ਦਿਨ ਦਫ਼ਤਰ ਵੀ ਆ, ਸਵੇਰੇ ਵੀ ਪ੍ਰੋਗਰਾਮ ਸੀ, ਹੁਣ ਵੀ ਜਾ ਕੇ ਸੋਨੀ ਸਾਹਿਬ ਵੱਲੋਂ ਉੱਧਰ ਪ੍ਰੋਗਰਾਮ ਹੈ। ਉਹ ਹਰ ਜਗ੍ਹਾ ਅਸੀਂ ਅਸਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਹੈ ਉਹ ਲੋਕਾਂ ਦਾ ਧੰਨਵਾਦ, ਕਿਉਂਕਿ ਵਰਕਰ ਨੇ ਇੰਨੀ ਤਪਸ਼ ਦੇ ਵਿੱਚ ਕੰਮ ਕੀਤਾ ਇੰਨੀ ਗਰਮੀ 'ਚ, ਕਿੱਥੇ ਅਸੀਂ ਦੁਪਹਿਰੇ ਵੋਟ ਇਹਨਾਂ ਨੂੰ ਵਰਕਰਾਂ ਨੂੰ ਭਾਲ ਲੈਂਦੇ ਸਾਂ 1 ਵਜੇ, ਅੱਜ ਤੇ ਫਿਰ ਠੰਡੇ ਵੇਲੇ 6 ਵਜੇ, ਸ਼ਾਮੀ ਹੁਣ ਤਾਂ ਠੰਡ ਹੋਈ ਹੈ, ਤੋ ਇੱਥੇ ਆਏ ਹਾਂ। ਦੇਖੋ, ਇਹਦੇ 'ਚ ਕੋਈ ਗੱਲ ਨਹੀਂ, ਸਾਡੀ ਮਤਲਬ ਸਿਰ ਮੱਥੇ ਸਾਡਾ ਇਹਨਾਂ ਦਾ ਮਾਣ ਸਤਿਕਾਰ ਜਿਹੜਾ ਹਮੇਸ਼ਾ ਹੀ ਸਾਡੇ ਦਿਲ 'ਚ ਹੈ ਔਰ ਅਸੀਂ ਆਪਣੇ ਵਰਕਰਾਂ ਦਾ ਪਿਆਰ ਜਿਹੜਾ ਇਹਨਾਂ ਦਿੱਤਾ ਹੈ, ਜਿੰਨੇ ਇਹਨਾਂ ਨੇ ਲੜਾਈ ਲੜੀ ਹੈ, ਇਹਨਾਂ ਨੇ ਇੱਥੇ ਨਹੀਂ ਕਰਨੀ, ਮਜੀਠੀਆਂ ਬਾਹਰ ਵੀ ਲੜੀ, ਮਜੀਠੇ ਬਾਹਰ ਵੀ ਰਿਸ਼ਤੇਦਾਰੀਆਂ ਭੈਣ ਭਰਾਵਾਂ ਨੇ ਇਹਨਾਂ ਨੇ ਸਾਡੇ ਹੱਕ 'ਚ ਪੁੱਟਾਇਆ। ਸੋ ਆਉਣ ਵਾਲੇ ਸਮੇਂ 'ਚ ਅਸੀਂ ਮਜੀਠੇ ਕਾਂਗਰਸ ਜਿਹੜੀ ਹੈ ਉਹਨੂੰ ਮਜ਼ਬੂਤ ਕਰਾਂਗੇ ਔਰ ਕਾਂਗਰਸ ਜਿਹੜੀ ਹੈ ਜਿੱਤ ਦਾ ਪਰਚਮ ਜਿਹੜਾ ਇੱਥੇ ਮਜੀਠੇ 'ਚ ਲਹਿਰਾਏ। ਗੁਰਜੀਤ ਸਿੰਘ ਔਜਲਾ ਸਾਹਿਬ, ਤੁਸੀਂ ਗਰਮੀ ਦੀ ਗੱਲ ਕੀਤੀ, ਤੁਹਾਡੇ ਵੱਲ ਇੱਕ ਵੱਖਰ ਸ਼ੁਰੂਆਤ ਵੀ ਕੀਤੀ ਗਈ ਜੇ 50,000 ਦੇ ਕਰੀਬ ਬੂਟੇ ਵੰਡੇ ਜਾ ਰਹੇ ਨੇ, ਬਿਲਕੁਲ ਕਿਸ ਤਰ੍ਹਾਂ ਉਹ ਦਿਮਾਗ 'ਚ ਪਲਾਨ ਆਊਟ ਹੋਇਆ, ਕਿਉਂਕਿ ਲੋਕ ਜਿਹੜੇ ਨੇ ਇਨਵਾਇਰਮੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਵੀ ਨਜ਼ਰ ਆ ਰਹੇ ਨੇ? ਜਿਹੜੇ ਜਿੰਨੇ ਵੀ ਸਪੈਸ਼ਲਿਸਟ ਨੇ, ਜਿੰਨੇ ਵੀ ਸਾਡੇ ਵਿਦਵਾਨ ਨੇ ਜਾਂ ਸਾਡੇ ਤੁਸੀਂ ਕਹਿ ਲਓ ਕਿ ਖੋਜਕਰਤਾ ਨੇ, ਉਹਨਾਂ ਨੇ ਇੱਕ ਚੀਜ਼ ਦਾ ਖੋਜ ਇਹ ਕੀਤੀ ਹੈ ਕਿ ਆਉਣ ਵਾਲਾ ਸਮਾਂ ਬਹੁਤ ਭਿਅੰਕਰ ਹੈ। ਜੇ 2-4 ਸਾਲ 'ਚ ਅਸੀਂ ਨਾ ਸੰਭਲੇ ਤੇ ਬਹੁਤ ਮਾੜੇ ਨਤੀਜੇ ਇਹਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੇਖਣੇ ਪੈਣੇ ਆ। ਤਾਂ ਆਉਣ ਵਾਲੀ ਪੀੜ੍ਹੀ ਕਿਹੜੀ ਆ? ਮੇਰੇ ਬਾਲ, ਮੇਰੇ ਬੱਚੇ ਜਿਹੜੇ ਘਰ 'ਚ ਖੇਡਦੇ ਨੇ, ਉਹ ਤੋਂ ਵੱਧ ਕਿਸੇ ਨੂੰ ਪਿਆਰ ਨਹੀਂ ਹੋ ਸਕਦਾ, ਤੇ ਜੇ ਉਹਦਾ ਮੈਨੂੰ ਪਤਾ 4 ਸਾਲਾਂ ਬਾਅਦ ਉਹਨੂੰ ਸਾਹ ਲੈਣਾ ਔਖਾ ਹੋ ਜਾਊਗਾ, ਤੇ ਮੈਂ ਤਾਂ ਉਹਨੂੰ ਬਚਾਉਣ ਤੁਰਿਆ ਕਿ ਮੇਰਾ ਸਾਰਾ ਪਰਿਵਾਰ ਹੈ ਅੰਮ੍ਰਿਤਸਰ, ਮੇਰੇ ਪਰਿਵਾਰ ਦੇ ਘਰਾਂ 'ਚ ਖੇਡਦੇ ਬੱਚੇ ਸਾਰੇ ਆਪਣੇ ਬੱਚੇ ਨੇ, ਸਾਡੇ ਆਪਣੇ ਧੀਆਂ ਪੁੱਤ ਨੇ, ਆਪਣੇ ਮਾਂ ਬਾਪ ਨੇ ਸਾਰੇ, ਔਰ ਉਹਨਾਂ ਨੂੰ ਅਸੀਂ ਚੰਗਾ ਜ਼ਿੰਦਗੀ ਸਿਖਾਲਾ ਦੇਣਾ। ਇਸ ਕਰਕੇ ਅਸੀਂ ਉਹ, ਕਿਉਂਕਿ ਇੱਕੋ ਹੀ ਰਸਤਾ ਹੈ ਉਹਨੂੰ ਬਚਾਉਣ ਦਾ, ਵੱਧ ਤੋਂ ਵੱਧ ਰੁੱਖ ਲਾਈ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਲੋਕ ਵੱਧ ਤੋਂ ਵੱਧ ਰੁੱਖ ਲਾਉਣ। ਸਾਡੇ ਵਰਕਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ, ਆਪੋ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੰਬੀਆਂ, ਵੇਖੋ ਬੰਬੀ ਹਰ ਘਰ ਪਿੰਡ 'ਚ ਹੈਗੀ ਹੈ, ਮਤਲਬ ਇੱਕ ਪਿੰਡ 'ਚ ਬਹੁਤਾ ਨਾ ਕਹੋਗੇ ਤੇ 100-100 ਦੇ ਕਰੀਬ ਬੰਬ ਮੋਟਰਾਂ ਹੈ ਹੀ ਨਹੀਂ, ਪੰਜਾਬ ਜਾਓ 100-100 ਹਰ ਤੇ 20-20 ਰੁੱਖ ਲਾ ਦੀਆਂ, ਕਿੱਥੇ ਗੱਲ ਚਲੀ ਜਾਂਦੀ ਹੈ। ਔਰ ਇਹਦੇ ਨਾਲ ਬੰਦੇ ਅੱਜ ਕੱਲ੍ਹ ਅਸੀਂ ਥੋੜ੍ਹੀ ਜਿਹੀ ਛੋਟੀ ਸੋਚ ਹੋ ਗਈ ਵੀ ਸ਼ਾਇਦ ਇਹਦੇ ਨਾਲ ਝਾੜ ਘਟਦਾ ਹੈ, ਝਾੜ ਵੱਧਦਾ ਹੈ, ਘਟਦਾ ਹੈ, ਨਹੀਂ ਝਾੜ ਵੱਧਦੇ ਨੇ। ਜਦੋਂ ਕਾਇਨਾਤ ਕੁਦਰਤ ਤੁਹਾਡੇ ਤੇ ਰਹਿਮਤ ਕਰੂਗੀ ਨਾ, ਇਹ ਝਾੜ ਵੱਧਣੇ ਨੇ।